दस जोती पगतानू होगा नाम दीदू होगा नाम दूर कंगाली कर मेर मारा ते हो संसार बात दे माली कई करत आकाश बना रंगे कई चांद सूरज होने सद सद जग मस्त जगीर कहे तारे जग जमे मन मोने जुगो जुग अकाल सतगुरु गुरु ग्रंथ जी गुरु ग्रंथ साहब की हजूरी में सवाए मान गुरु सवारी गुरु प्यारी साहब करी जी ਸਾਹਿਬਾਂ ਦਿੱਤਾ ਅਲਾ ਬੁਲੰਦ ਕਹੀਏ ਕਿ ਗੱਲ ਕੇ ਸਾਰੀਆਂ ਸੰਗਤਾਂ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ ਐਸਾ ਦੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਮੇਰੇ ਤੋਂ ਪਹਿਲਾਂ ਗੁਰੂ ਘਰ ਦੇ ਰਾਗੀ ਸਿੰਘਾਂ ਵੱਲੋਂ ਧੁਰਕੀ ਬਾਣੀ ਲਾਹੇ ਬਾਣੀ ਦਾ ਕੀਰਤਨ ਨਰਮੋਲ ਗਹੀਰਾ ਆਨੰਦ ਗੁਣੀ ਗਹੀਰਾ ਇਹਦੇ ਨੌ ਭਗਤੀਆਂ ਨੇ ਤੇ ਨੌਵਾਂ ਭਗਤੀਆਂ ਵਿੱਚੋਂ ਕੀਰਤਨ ਨੂੰ ਪ੍ਰਧਾਨਗੀ ਮਿਲੀ ਹੈ ਜੋ ਕੀਰਤਨ ਸ਼ਰਧਾ ਨਾਲ ਕਰਦੇ ਨੇ ਜਾਂ ਪਿਆਰ ਨਾਲ ਸ਼ਰਧਾ ਨਾਲ ਸੁਣਦੇ ਨੇ ਉਹਨਾਂ ਦੇ ਸਾਰੇ ਦੁੱਖ ਦਰਿਦਰ ਦੂਰ ਹੋ ਜਾਂਦੇ ਅੱਜ ਦੇ ਅਖੰਡ ਪਾਠਾਂ ਦੀ ਸੇਵਾ ਨੌਜਵਾਨ ਗੁਰੂ ਘਰ ਦੇ ਸਿੰਘਾਂ ਨੇ ਬੱਚਿਆਂ ਨੇ ਕੀਤੀ ਬੜੀ ਸ਼ਰਧਾ ਨਾਲ ਪਿਆਰ ਨਾਲ ਮਹਾਰਾਜ ਕਿਰਪਾ ਕਰੇ ਜਿੱਥੇ ਇਹ ਸੇਵਾ ਕਰਦੇ ਆ ਉੱਥੇ ਨਾਲ ਨਾਲ ਗੁਰਸਿੱਖੀ ਦੀ ਦਾਤ ਮਿਲੀ ਕਿਉਂ ਗੁਰਸਿੱਖੀ ਦੀ ਦਾਤ ਬੜੀ ਮਹਿੰਗੀ ਮਿਲੀ ਹੈ ਮਹਾਰਾਜ ਨੇ ਸਾਸ ਵੰਸ਼ ਵਾਰ ਕੇ ਸਾਨੂੰ ਇਹ ਦਾਤਾਂ ਦਿੱਤੀਆਂ ਤੇ ਗਾਹ ਅੱਗੇ ਉਹਨਾਂ ਦਾ ਪੰਥ ਉਹਨਾਂ ਦੇ ਪੂਰਵਿਆਂ ਦੇ ਚੱਲ ਕੇ ਭਾਵੇਂ ਬੰਦ ਬੰਦ ਕਰਵਾਏ ਗਏ ਨੇ ਭਾਵੇਂ ਆਰਿਆਂ ਨਾਲ ਕਰਵਾਏ ਗਏ ਨੇ ਭਾਵੇਂ ਖੋਪਰ ਲਹਾਏ ਗਏ ਨੇ ਲੇਕਿਨ ਸਿੱਖੀ ਤੋਂ ਬਾਹਰ ਨਹੀਂ ਗਏ ਸਿੱਖੀ ਨੂੰ ਨਹੀਂ ਛੱਡਿਆ ਆ ਸੰਗਰਾਂਦ ਵਾਲਾ ਦਿਨ ਸਾਉਣ ਦੀ ਸੰਗਰਾਂਦ ਦਾ ਮਹੀਨਾ ਉਸ ਦਿਨ ਮਹਾਨ ਯੋਧੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪਰਉਪਕਾਰੀ ਬ੍ਰਹਮ ਗਿਆਨੀ ਕਿਰਤੀ ਸਿੱਖ ਧਰਮੀ ਸਿੱਖ ਪਰਉਪਕਾਰੀ ਸਿੱਖ ਜੋ ਪਿੰਡ ਪੁਰਜਾਂ ਦਾ ਰਹਿਣ ਵਾਲਾ ਹੈ ਬੜੇ ਪਿਆਰ ਤੇ ਸ਼ਰਧਾ ਨਾਲ ਸੇਵਾ ਕਰਦਾ ਹੈ ਧਰਮ ਦੀ ਕਿਰਤ ਕਰਦਾ ਤੇ ਵੰਡ ਕੇ ਛੱਡਦਾ ਹੈ ਜੋ ਹੁਕਮ ਹੈ ਮੇਰੇ ਸਾਹਿਬ ਦਾ ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛੱਡਣਾ ਇਹਨੇ ਆਪਣੇ ਖੂਹ ਤੇ ਡੇਰਾ ਲਾਇਆ ਹੋਇਆ ਹੈ ਬੜਾ ਨਿਤਨੇਮੀ ਹੈ ਬਾਣੀ ਪੜ੍ਹਾਉਣ ਵਾਲਾ ਬਾਣੀ ਪੜ੍ਹਨ ਵਾਲਾ ਲੰਗਰ ਛਕਣ ਵਾਲਾ ਲੰਗਰ ਛਕਾਉਣ ਵਾਲਾ ਸਿੰਘਾਂ ਦੀ ਸੇਵਾ ਕਰਨ ਵਾਲਾ ਮਹਾਨ ਯੋਧਾ ਛੋਟੀ ਉਮਰ ਤੋਂ ਹੀ ਉਹਨੂੰ ਲਗਨ ਲੱਗੀ ਹੋਈ ਭਾਈ ਤਾਰੂ ਸਿੰਘ ਉਹਦਿਆਂ ਬੜੀ ਸੇਵਾ ਕਰਦੇ ਬੜੇ ਸ਼ਰਧਾ ਨਾਲ ਪਿਆਰ ਨਾਲ ਤੇ ਪਰਉਪਕਾਰ ਦੇ ਵੀ ਕੰਮ ਕਰਦੇ ਇਲਾਕੇ ਦੇ ਵਿੱਚ ਕੋਈ ਆ ਜਾਵੇ ਦੁਖੀ ਆ ਉਹਦੇ ਦੁੱਖ ਦੂਰ ਕਰ ਦਿੰਦੇ ਨੇ ਉਹਦੀ ਮੁਸੀਬਤ ਨੂੰ ਸੁਣਦੇ ਨੇ ਭਾਵੇਂ ਹਿੰਦੂ ਆਵੇ ਮੁਸਲਮਾਨ ਆਵੇ ਅਰੀਅਨੀ ਆਵੇ ਬੋਧੀ ਆਵੇ ਇਹ ਮਜਦਾ ਵੀ ਆ ਕੇ ਭਾਈ ਸਾਹਿਬ ਕੋਲ ਆ ਕੇ ਅਰਦਾਸ ਕਰੇ ਬੇਨਤੀ ਕਰੇ ਭਾਈ ਸਾਹਿਬ ਉਹਦੀ ਗੱਲ ਸੁਣਦਾ ਜੋ ਸਭੇ ਸਾਂਝੀ ਵਾਰ ਸਦਾਇਨ ਤੂੰ ਕਿਸੇ ਨਾ ਦਿਸੇ ਮਹਾਰਾਜ ਹਕੂਮਤ ਮੁਗਲੀਆ ਹਕੂਮਤ ਦੇ ਕਾਰਨ ਸੰਸਾਰ ਵਿੱਚ ਅਤਿਆਚਾਰ ਵੱਧ ਰਿਹਾ ਹੈ ਚੌਧਰੀ ਮਾਲ ਖੁਦ ਬਣੇ ਨੇ ਆਪਣੇ ਆਪਣੇ ਸੂਬੇਦਾਰ ਸੂਬਿਆਂ ਦੇ ਮਾਲਕ ਬਣ ਕੇ ਅਤਿਆਚਾਰ ਕਰਦੇ ਗਰੀਬਾਂ ਦੇ ਪੱਟੀ ਦਾ ਰਹਿਣ ਵਾਲਾ ਜਾਫਰ ਬੇਗ ਬੜਾ ਕਮਟੀ ਬੜਾ ਗੁਲਾਬੀ ਬੜਾ ਸ਼ਰਾਬੀ ਤੇ ਬੜੀਆਂ ਇੱਕਾਂ ਲੁੱਟਣ ਵਾਲਾ ਇਹ ਸੂਬੇਦਾਰ ਹੈ ਇਹਨੇ ਆਪਣੇ ਸ਼ਹਿਰ ਦੀ ਇੱਕ ਗਰੀਬ ਬੱਚੀ ਇੱਕ ਮਾਸੀ ਗਰੀਬ ਦੀ ਬੱਚੀ ਚੁੱਕ ਲਈ ਤੇ ਉਹਨੇ ਅੱਜ ਤਰਲਾ ਮਾਰਿਆ ਨਵਾਬ ਸਾਹਿਬ ਜੀ ਸੂਬੇਦਾਰ ਜੀ ਮੈਂ ਗਰੀਬ ਆ ਤੇ ਮੇਰੀ ਬੱਚੀ ਬਾਸ ਸੋਣੀ ਆ ਜੇ ਕਹਿੰਦਾ ਤੂੰ ਚੰਗੀ ਗੱਲ ਹੋ ਗਈ ਆ ਜੇ ਮੈਂ ਤੇ ਰਸਤਾ ਦਿਲ ਬੱਚੀ ਦਾ ਮੰਗਦਾ ਹੈ ਤਾਂ ਵੱਡੀ ਹੋਰ ਗੱਲ ਕਿਹੜੀ ਹੋਣੀ ਚਾਹੀਦੀ ਹੈ ਲੇਕਿਨ ਇਹਨੂੰ ਧੱਕੇ ਪੈ ਨਾ ਮੰਨਿਆ ਵੀ ਮੈਂ ਗਰੀਬ ਆ ਤੂੰ ਬਾਦਸ਼ਾਹ ਤੁਹਾਡਾ ਸਰਸਤਾ ਨਹੀਂ ਬਣਦਾ ਇਸ ਗਰੀਬ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਇਹ ਗਰੀਬ ਮਾਸੀ ਰੋਂਦਾ ਕਰਲਾਉਂਦਾ ਧੱਕੇ ਖਾਂਦਾ ਕਹਿੰਦਾ ਕਿੱਥੇ ਜਾਵਾਂ ਹੁਣ ਮੇਰੀ ਕੌਣ ਫਰਿਆਦ ਸੁਣੇ ਕਹਿੰਦਾ ਹੋਏ ਨਾ ਲਾਹੌਰ ਦੇ ਸੂਬੇ ਜੰਗੀਆ ਖਾਨ ਤੋਂ ਜਾਣਾ ਹੈ ਉਹ ਮੇਰੀ ਗੱਲ ਸੁਣ ਲਵੇ ਇਹ ਵਿਚਾਰਾ ਪੈਂਡੇ ਨੂੰ ਤੈਅ ਕਰਦਾ
ਵਾਜਪਾਈ ਵੀ ਜਿਹੜਾ ਪੱਟੀਓ ਫਰਿਆਦੀ ਹੈ ਗੱਲ ਸੁਣੇ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ ਅਰਦਾਸ ਸਾਹਿਬ ਜੀ ਸੂਬੇਦਾਰ ਜੀ ਮੇਰੀ ਬੱਚੀ ਨੂੰ ਜਾਫਰਵੇਰ ਨੇ ਚੁੱਕ ਲਿਆ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਮੈਂ ਗਰੀਬ ਆ ਮੇਰੀ ਵਡੇਪਰੀ ਡਗੋਰੀ ਮੇਰੀ ਬੱਚੀ ਹੋਰ ਮੇਰਾ ਪੁੱਤੀ ਕੋਈ ਨਹੀਂ ਮੇਰੀ ਬੱਚੀ ਵਾਪਸ ਕੀਤੀ ਜਾਵੇ ਪਰ ਸੂਬੇਦਾਰ ਜੋ ਜਾ ਪੱਟੀ ਦਾ ਹੀ ਉਹ ਜਾ ਲਾਹੌਰ ਦਾ ਸੂਬੇਦਾਰ ਬੜਾ ਘਮੰਡੀ ਬੜਾ ਹੰਕਾਰੀ ਕਹਿ ਲੱਗਾ ਉਹ ਗਰੀਬ ਮਾਸ਼ੀ ਤੇਰੇ ਦਾ ਭਾਅ ਖੁੱਲ ਗਏ ਨੇ ਜੇ ਤੇਰੀ ਬੱਚੀ ਦਾ ਨਵਾਬ ਨਸ਼ਕਾ ਮੰਗ ਰਿਹਾ ਜਾਫਰ ਦੇ ਤੇ ਤੂੰ ਤੇਰੇ ਹੱਸ ਕੇ ਆਪਣੀ ਬੱਚੀ ਦਾ ਨਕਾਹ ਕਰ ਦੇ ਜੇ ਨਹੀਂ ਮੰਨੇਗਾ ਉਹੀ ਗੱਲ ਹੋਏਗੀ ਜੋ ਪੱਟੀ ਤੇਰੇ ਨਾਲ ਹੋਈ ਹੈ ਕਹਿੰਦਾ ਮਹਾਰਾਜ ਕਹਿੰਦਾ ਨਵਾਬ ਸਾਹਿਬ ਇਹ ਗੱਲ ਨਹੀਂ ਬਣ ਸਕਦੀ ਮੈਂ ਆਪਣੀ ਬੱਚੀ ਦਾ ਉਸ ਨਵਾਬ ਦੇ ਨਾਲ ਸੂਬੇਦਾਰ ਦਾ ਨਹੀਂ ਨਕਾਹ ਕਰ ਸਕਦਾ ਔਰ ਉਹੀ ਕੋਟਵੇ ਵਜੇ ਧੱਕੇ ਪਏ ਦਰਬਾਰ ਨੂੰ ਬੇਅਦ ਕਰਕੇ ਬਾਹਰ ਕਰ ਦਿੱਤਾ ਇਹ ਰੋਂਦਾ ਕਰਲਾਉਂਦਾ ਹੋਇਆ ਰੱਬ ਨੂੰ ਅਲਾਮੀ ਦਿੰਦਾ ਹੋਇਆ ਤੁਰਿਆ ਆ ਰਿਹਾ ਹੈ ਅੱਲਾਹ ਤਾਲਾ ਜਿਹਨੇ ਮੇਰੇ ਪਰਿਵਾਰ ਨੂੰ ਖੇੜਿਆ ਹੈ ਜਿਹਨੇ ਮੇਰੇ ਘਰ ਨੂੰ ਉਜਾੜਿਆ ਹੈ ਉਹਦੇ ਘਰ ਅਜ਼ਾੜ ਦੇ ਇਹ ਪਿੰਡ ਪੁਣੇ ਫਿਰ ਮੰਗਦਾ ਇਹ ਗੱਲਾਂ ਕਰਦਾ ਆਪ ਹਾਲੇ ਬੋਲਦਾ ਜਾਂਦਾ ਹੈ ਇਹ ਕੰਨੀ ਆਵਾਜ਼ ਪਈ ਭਾਈ ਕਾਦੂ ਸਿੰਘ ਦੇ ਤੇ ਆਖਿਆ ਬਾਬਾ ਕੀ ਗੱਲ ਹੈ ਬੜਾ ਦੁਖੀ ਜਾਂਦਾ ਹੈ ਵੇਖਿਆ ਵੀ ਤਾਂ ਸਿੱਖਿਆ ਕਿ ਇਹਦੇ ਕੋਲ ਮੈਂ ਆਪਣਾ ਦੁੱਖ ਦੱਸਿਆ ਹੈ ਮਜ਼ਾਕ ਉਡਾਏਗਾ ਕਿ ਤੁਹਾਡੇ ਧਰਮ ਦੇ ਬੰਦੇ ਤੁਹਾਡੀਆਂ ਬੱਚੀਆਂ ਚ ਮੁੰਡਿਆ ਪਿਆ ਤੇ ਨਰਾਜ਼ੀ ਕਿੰਨੇ ਕਰਨੀ ਔਰ ਭਾਈ ਤਾਰੂ ਸਿੰਘ ਦਾ ਪਿਆਰ ਵੇਖ ਕੇ ਉਹਦਾ ਸ਼ਰਧਾ ਵੇਖ ਕੇ ਪਿਆਰ ਨਾਲ ਭਾਈ ਤਾਰੂ ਸਿੰਘ ਨੇ ਆਪਣੇ ਨਾਂ ਲਿਆਂਦਾ ਘਰ ਬਿਠਾਇਆ ਪ੍ਰਸ਼ਾਦਾ ਛਕਾਇਆ ਪਿਆਰ ਨਾਲ ਪੁੱਛਿਆ ਬਾਪੂ ਕੀ ਗੱਲ ਆ ਦੱਸ ਮੈਨੂੰ ਕਹਿੰਦਾ ਸਿੰਘਾ ਕੀ ਦੱਸਾਂ ਮੈਂ ਗਰੀਬ ਮਾਸ਼ੀ ਪੱਟੀ ਵਿੱਚ ਰਹਿਣ ਵਾਲਾ ਪਰ ਪੱਟੀ ਦਾ ਹਾਕਮ ਜਾਫਰ ਦੇ ਜਿਹਨੇ ਮੇਰੀ ਬੱਚੀ ਨੂੰ ਚੁੱਕ ਲਿਆ ਹੈ ਲੇਕਿਨ ਉਹਨੇ ਇੱਕ ਨਹੀਂ ਮੰਨੀ ਧੱਕੇ ਮਾਰੇ ਆ ਮੈਂ ਲਾਹੌਰ ਗਿਆ ਇਨਸਾਫ ਮੰਗਣ ਵਾਸਤੇ ਪਰ ਉੱਥੋਂ ਵੀ ਮੈਨੂੰ ਇਨਸਾਫ ਨਹੀਂ ਮਿਲਿਆ ਹੁਣ ਤਾਂ ਮੇਰਾ ਅੱਲਾਹ ਤਾਲਾ ਰੱਬ ਹੀ ਰੱਖਦਾ ਭਾਈ ਸਾਹਿਬ ਜੀ ਕਹਿੰਦੇ ਤੂੰ ਬਾਪੂ ਪ੍ਰਸ਼ਾਦਾ ਛੱਕ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਤੇਰੀ ਬੱਚੀ ਤੇਰੇ ਕੋਲ ਆ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੋ ਜਿਹੇ ਪਰਉਪਕਾਰੀ ਭਾਈ ਸਾਹਿਬ ਜੀ ਤੇਰੇ ਜਨ ਪਰਉਪਕਾਰੀ ਆਏ ਜੀ ਦਾਨ ਤੇ ਭਗਤੀ ਲਾਇਣ ਹਰਸੂ ਲੈਣ ਵਾਲਾ ਇੱਕ ਗਰੀਬ ਦੀ ਰੱਖਿਆ ਕਰਨ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਉਹਨਾਂ ਸਿੰਘਾਂ ਦਾ ਜੋ ਸਿੰਘ ਸਰਕਾਰ ਦੇ ਬਾਗੀ ਹੈ ਜਿਹਨਾਂ ਸਰਕਾਰ ਲੱਭਦੀ ਫਿਰਦੀ ਹੈ ਜੰਗਲਾਂ ਵਿੱਚ ਲੋਕ ਛੁਪ ਕੇ ਦਿਨ ਕੱਟਦੇ ਨੇ ਪਰ ਭਾਈ ਤਾਰੂ ਸਿੰਘ ਜੀ ਉਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਲੈਣ ਵਾਸਤੇ ਗਿਆ ਟੋਕਰਾ ਸਿਰ ਤੇ ਰੱਖਿਆ ਜੰਗਲ 'ਚ ਪਹੁੰਚਾ ਫਤਿਹ ਬੁਲਾਈ ਸਿੰਘਾਂ ਨੇ ਫਿਰ ਭਾਈ ਤਾਰੂ ਸਿੰਘ ਜੀ ਲੇਟ ਹੋ ਗਏ ਕਹਿੰਦੇ ਕਿ ਫਰਿਆਦੀ ਆ ਗਿਆ ਸੀ ਉਹਦਾ ਕੰਮ ਕਰਨਾ ਪੈਣਾ ਆਪਾਂ ਕਹਿੰਦੇ ਦੱਸੋ ਪਹਿਲਾਂ ਪ੍ਰਸ਼ਾਦਾ ਫੇਰ ਸਕਦੇ ਪਹਿਲਾਂ ਕੰਮ ਹੀ ਕਰਕੇ ਆਉਣੇ ਆ ਆਖਿਆ ਵੀ ਗਰੀਬ ਮਾਸੀ ਦੀ ਬੱਚੀ ਨੂੰ ਆ ਯਾਵਰ ਦੇ ਪੱਟੀ ਨੇ ਚੁੱਕ ਲਿਆ ਹੈ ਉਹਦੀ ਨਾਲ ਮੈਂ ਵਾਅਦਾ ਕਰਕੇ ਆਇਆ ਦਿਨ ਚੜ੍ਹ ਜਦੋਂ ਪਹਿਲਾਂ ਬੱਚੀ ਲਿਆਉਣੀ ਸਿੰਘਾਂ ਦਾ ਜਥਾ ਸੋਧ ਕੇ ਅਰਦਾਸਾ ਕਲਗੀਆਂ ਵਾਲੇ ਪਾਤਸ਼ਾਹ ਤੋਂ ਬੇਨਤੀ ਕਰਕੇ ਇਹ ਚੱਲਿਆ ਧਰਮ ਦਾ ਕਾਰਜ ਕਰਨ ਵਾਸਤੇ ਪੱਟੀ ਪਹੁੰਚਿਆ ਛੱਡਿਆ ਜਕਾਰਾ ਮਹਾਲੇ ਪੂੰਜੇ ਜਦੋਂ ਪੱਟੀ ਦੇ ਸੂਬੇਦਾਰ ਨੇ ਵੇਖਿਆ ਬਾਹਰ ਬਾਣੀ ਦੇ ਸਿੰਘ ਆਏ ਨੇ ਕਹਿੰਦਾ ਸਿੰਘੋ ਤੁਸੀਂ ਕਿਉਂ ਆ ਗਏ ਕਹਿੰਦੇ ਉਹ ਬੱਚੀ ਜੀ ਕਾਹਦੀ ਚੁੱਕੀ ਵਾਪਸ ਕਰ ਦੇ ਕਹਿੰਦੇ ਸ਼ੇਰਾਂ ਦੇ ਭੋਜਨਾਂ 'ਚ ਵਾਸ ਨਹੀਂ ਮਿਲਦਾ ਇਹ ਬੱਚੀ ਵਾਪਸ ਨਹੀਂ ਕਰਨੀ ਭਾਈ ਤਾਰੂ ਸਿੰਘ ਦੇ ਮਹਾਨ ਯੋਧਿਆਂ ਨੇ ਉਹਦਾ ਸੀਸ ਘਰ ਤੋਂ ਵੰਡ ਕਰਕੇ ਬੱਚੀ ਨੂੰ ਲਿਆ ਕੇ ਭਾਈ ਗਰੀਬ ਮਾਸ਼ੀ ਦੇ ਹਵਾਲੇ ਕਰ ਦਿੱਤੀ ਇਸੇ ਹੀ ਕੇਸ ਵਿੱਚ ਇਸੇ ਹੀ ਫਰਿਆਦ ਵਿੱਚ ਇਸੇ ਹੀ ਮੁਲਜ਼ਮ ਵਿੱਚ ਭਾਈ ਤਾਰੂ ਸਿੰਘ ਨੂੰ ਲਾਹੌਰ ਸੱਦਿਆ ਗਿਆ ਲੇਕਿਨ ਆਪਣੀ ਸਿੱਖੀ ਤੋਂ ਨਹੀਂ ਹਾਰੇ ਆਪਣੀ ਸਿੱਖੀ ਨੂੰ ਕਾਇਮ ਰੱਖਦਿਆਂ ਹੋਇਆ ਉਹਨਾਂ ਆਪਣਾ ਪ੍ਰੋਪਰ ਲਹਾ ਲਿਆ ਪਰ ਉਹਨਾਂ ਕਿਹਾ ਸਿੱਖੀ ਸਿੱਧ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਇਹੋ ਜਿਹੇ ਪਰਉਪਕਾਰੀ ਮਹਾਨ ਯੋਧੇ ਭਾਈ ਤਾਰੂ ਸਿੰਘ ਜੀ ਨੇ ਜਿਹਨਾਂ ਦਾ ਆਪਾਂ ਰੋਜ਼ ਅਰਦਾਸ ਵਿੱਚ ਨਾਂ ਲੈਂਦੇ ਹਾਂ ਭਾਗਾ ਵਾਲਿਓ ਬੱਚਿਆਂ ਦੇ ਕੇਸਾਂ ਦੀ ਸੇਵਾ ਕਰਿਆ ਕਰੋ ਜੋ ਆਪਣੇ ਬੱਚਿਆਂ ਦੀ ਕਿਸ ਤਰ੍ਹਾਂ ਸੇਵਾ ਕਰਦੇ ਸਮਝੋ ਉਹ ਕਲਗੀ ਘਰ ਦੇ ਬੱਚਿਆਂ ਦੀ ਸੇਵਾ ਕਰਦੇ ਨੇ ਬੱਚਿਆਂ ਨੂੰ ਅੰਮ੍ਰਿਤ ਛਕਾਉਣ ਵਾਲੀ ਗੱਲ ਕਰੋ ਗੁਰੂ ਘਰ ਆਇਆ ਕਰੋ ਗੁਰੂ ਦੀਆਂ ਗੱਲਾਂ ਦੱਸਿਆ ਕਰੋ ਵੱਡਿਆਂ ਦੀਆਂ ਸਾਖੀਆਂ ਸੁਣਾਇਆ ਕਰੋ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਸੁਣਾਇਆ ਕਰੋ ਆਓ ਇਹ ਪੁੱਛਦੇ ਆ ਕੱਲ ਸਰਮ ਕਰੀਏ ਕੰਮ ਕੋਲ ਦਾ ਮੇਲਾ ਬੰਦਿਆ ਨੇਕ ਕਮਾਈਆਂ ਰੰਗਵਾਈ ਸੋਏ ਕੈ ਜਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਫੁੱਲ ਖਿੜਿਆ ਤੇ ਖਿੜਿਆ ਪੌੜਾ ਏ ਆਖ ਸੁਭ ਜਾਣਾਈ
ਤੇਰਾ ਬੰਦਿਆ ਦੇਖ ਕਮਾਈਆਂ ਕਰ ਲੈ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਦੇਖ ਕਮਾਈਆਂ ਕਰ ਲੈ ਤੂੰ ਜੇ ਕੋਈ ਪ੍ਰਾਣੀ ਸੱਚ ਬੋਲਦਾ ਖੜੇ ਮੱਥੇ ਗੱਲ ਜਰ ਲੈ ਤੂੰ ਖੜੇ ਮੱਥੇ ਗੱਲ ਜਰ ਲੈ ਤੂੰ ਲੰਮਾ ਮਨ ਦੌਲਤ ਦੀ ਤੇਰੀ ਲੁੱਟ ਕਿਸੇ ਲੈ ਜਾਣੀ ਆ ਦੁੱਧੋਂ ਆਖਰ ਦੁੱਧ ਰਹੇਗਾ ਇਹ ਪਾਣੀ ਦਾ ਪਾਣੀ ਆ ਇਹ ਪਾਣੀ ਦਾ ਪਾਣੀ ਆ ਪਾਪਾਂ ਦੀ ਸਾਗਰ ਤੋਂ ਬੇੜੀ ਪਾਪ ਕਿਨਾਰੇ ਕਰ ਲੈ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਨੇਕ ਕਮਾਈਆਂ ਕਰ ਲੈ ਤੂੰ ਆਦੇ ਲੱਗ ਕੀਮਤ ਦੇ ਗਹਿਣੇ ਬਿਨ ਹਰ ਭਜਨ ਸ਼ਿੰਗਾਰ ਨਹੀਂ ਫਿਰੇ ਖਰੀਦੀ ਸੁੱਜੇ ਮੋਤੀ ਸੱਚ ਤੋਂ ਪਰੇ ਵਪਾਰ ਨਹੀਂ ਸੱਚ ਤੋਂ ਪਰੇ ਵਪਾਰ ਨਹੀਂ ਨੇਕੀਆਂ ਕਰ ਲੈ ਜੇ ਤੂੰ ਮਿਲਦੀ ਉਹ ਮੌਤ ਪਿਆਰੀ ਕਰ ਲੈ ਤੂੰ ਨੇਕ ਕਮਾਈਆਂ ਕਰ ਲੈ ਤੂੰ ਨੇਕ ਕਮਾਈਆਂ ਕਰ ਲੈ ਤੂੰ ਉਹ ਚੰਦ ਚਾਉਂਦੇ ਦਾ ਚੰਦ ਮਿੰਟ ਲਈ ਤੋਂ ਜੋ ਦਿੰਦਾ ਰਸ਼ਨਾਈਆਂ ਨੇ ਤੱਕ ਲੈ ਉਹਨੂੰ ਏਕ ਵਧੀ ਨੇ ਕਾਲੀਆਂ ਦਾਗਾਂ ਲਾਈਆਂ ਨੇ ਕਾਲੀਆਂ ਦਾਗਾਂ ਲਾਈਆਂ ਨੇ ਜੋ ਪੱਥਰ ਵਿੱਚ ਕੀੜੇ ਪਾਲੇ ਉਸ ਕਾਦਰ ਤੋਂ ਡਰ ਲੈ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਨੇਕ ਕਮਾਈਆਂ ਕਰ ਲੈ ਤੂੰ ਆਲਮ ਫਾਜ਼ਲ ਗੁਣੀ ਗਿਆਨੀ ਸੈਸ ਜੁਗ ਦਾ ਮਾਰਨ ਤੂੰ ਪੰਜ ਪੁਰਖ ਦੇਹੀ ਦਾ ਵਾਰਸ ਜਿੰਦ ਘੜੀ ਦਾ ਲਾਰਨ ਤੂੰ ਜਿੰਦ ਘੜੀ ਦਾ ਲਾਰਨ ਤੂੰ ਦੁਰਗਾ ਜੀ ਦੀ ਅੱਗ ਚੋਂ ਬਣਦਾ ਨੇਕ ਇੱਕ ਕਰ ਲੈ ਤਰਲੇ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਨੇਕ ਕਮਾਈਆਂ ਕਰ ਲੈ ਤੂੰ ਉਹ ਤੂੰ ਚੰਦਨ ਬਾਸਾ ਬਣ ਪਈ ਮਰਦ ਹੁੰਦੇ ਜਿਣ ਕੋਲੇ ਨਹੀਂ ਧਰਮ ਦੇ ਬਦਲੇ ਜਿੰਦ ਵਾਰ ਦੇ ਲੁਕਦੇ ਹੋਣੀਓ ਬੋਲੇ ਨਹੀਂ ਲੁਕਦੇ ਹੋਣੀਓ ਬੋਲੇ ਨਹੀਂ ਤੇਰਾ ਸੋਚ ਸਮਝ ਕੇ ਪੱਲੇ ਸੱਚ ਨਿਸ਼ਾਨਾ ਧਰ ਲੈ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਨੇਕ ਕਮਾਈਆਂ ਕਰ ਲੈ ਤੂੰ ਉਹ ਜੇ ਤੂੰ ਆਖੇ ਸੱਚ ਨਾ ਛੱਡਾਂ ਸਤਿਗੁਰ ਨਾਵੇਂ ਕਹਿ ਗਏ ਨੇ ਦੁਨੀਆਂ ਬਦਲੇ ਮਿਟ ਨਹੀਂ ਸਕਦੇ ਬੋਲ ਬੰਦਦੇ ਬਹਿ ਗਏ ਨੇ ਬੋਲ ਬੰਦਦੇ ਬਹਿ ਗਏ ਨੇ ਬਾਜਾ ਮਾਰੇ ਨਦੀ ਸੁਖਾਂ ਦੀ ਚਾਲ ਦੀ ਕਿਸ ਦੀ ਧਰ ਲੈ ਤੂੰ ਚੰਦ ਰੋਜ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਨੇਕ ਕਮਾਈਆਂ ਕਰ ਲੈ ਤੂੰ ਉਹ ਜੋਗੀ ਬਣ ਜਾ ਗੁਰਮੁਖ ਸਿੱਖਿਆ ਛੱਡੇ ਕੰਮ ਸ਼ਤਾਨਾ ਵੇ ਨੇਕੀ ਧਰਮ ਦੀ ਬਾਣੀ ਪੜ ਲੈ ਸਿੱਖ ਲੈ ਕੰਮ ਇਨਸਾਨਾ ਵੇ ਸਿੱਖ ਲੈ ਕੰਮ ਇਨਸਾਨਾ ਵੇ ਪੂਜਾ ਕਰੂ ਰਸਾਕ ਪੂਜਾ ਦਾ ਰਾਜਾ ਕਰੂਗਾ ਲੋਕਾਂ ਬਦਲੇ ਮਨ ਲੈ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਨੇਕ ਕਮਾਈਆਂ ਕਰ ਲੈ ਤੂੰ ਪੂਜਾ ਸਾਰਾ ਜੱਗ ਕਰੇਗਾ ਲੋਕਾਂ ਬਦਲੇ ਮਰ ਲੈ ਤੂੰ ਚੰਦ ਹੋਏ ਦਾ ਮੇਲਾ ਬੰਦਿਆ ਨੇਕ ਕਮਾਈਆਂ ਕਰ ਲੈ ਤੂੰ ਜਿਹੜੇ ਨੇਕ ਕਮਾਈਆਂ ਕਰਦੇ ਆ ਜੋ ਧਰਮ ਦੇ ਬਦਲੇ ਜਾਨਾਂ ਦਿੰਦੇ ਆ ਉਹ ਹਮੇਸ਼ਾ ਦਿੰਦੇ ਨੇ ਹਮੇਸ਼ਾ ਸੰਸਾਰ ਵਿੱਚ ਤੋਂ ਨਸੀਹਤ ਦੇ ਕੇ ਸੰਸਾਰ ਤੁਰਦਾ ਹੈ ਸ਼ਹੀਦੋਂ ਕੀ ਜਿਤਾਓ ਪਰ ਲਗੇਗੇ ਹਰ ਬਸ ਵੇਲੇ ਬਦਲ ਕੇ ਮਰਨੇ ਵਾਲੇ ਕਾ ਫਰਕ ਜਿਹੀ ਨਿਸ਼ਾਨ ਹੋਗਾ ਆਓ ਬੋਲਦੇ ਹਾਂ ਇਤਨੀ ਅਨੇਕਾਂ ਗੱਲਾਂ ਕਈਆਂ ਮਹੀਨਿਆਂ ਬਾਅਦ ਹੋਣ ਲੱਗੇ ਆ ਫਿਰ ਕਦੇ ਵੀ ਬਹਿ ਜਾਂਦੇ ਆ ਬੋਲਦੇ ਜੀ ਫਿਰ ਗੱਲ ਚੱਲਦਾ ਰਹਿੰਦਾ ਕਿਉਂ ਟਾਈਮ ਕਦੇ ਨਹੀਂ ਮਿਲਦਾ ਕਦੀ ਕੋਈ ਆਉਂਦਾ ਲੇਕਿਨ ਸਤਿਗੁਰੂ ਦੀ ਕਿਰਪਾ ਕਿਰਪਾ ਪੁਰਸ਼ਾ ਜਹਾਜ਼ੀ ਲੱਗ ਗਈ ਹੈ ਮਹਾਰਾਜ ਦੇ ਦਰਬਾਰ ਦੇ ਵਿੱਚ ਕਿਰਪਾ ਕਰਨੀ ਭੁੱਲ ਚੁੱਕ ਮਾਫ਼ ਕਰਨੀ ਕਿ ਦੋਵੇਂ ਬਜ਼ੁਰਗ ਹੈਗੇ ਆ ਜੈਸਾ ਵੀ ਹੋਏ ਸੁਣਿਆ ਤੁਹਾਨੂੰ ਮਹਾਰਾਜ ਕਿਰਪਾ ਕਰੇ ਬੋਲਦਿਆਂ ਇਤਨੀ ਅਨੇਕਾਂ ਗਲਤੀਆਂ ਭੁੱਲਾਂ ਮਾਫ਼ ਕਰੋ ਪੁਰਸ਼ਾ ਮਾਫ਼ ਕਰੋ ਆਓ ਭਾਈ ਤਾਰੂ ਸਿੰਘ ਦੇ ਨਾਂ ਦੇ ਢੰਗਾ ਸਾਹਿਬ ਛੱਡ ਕੇ ਖੁਸ਼ੀਆਂ ਦੇ ਜੁਗਾਰੇ ਵਿਚਾਰ